ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਚੜ੍ਹਦੀ ਕਲਾ 'ਚ ਆਸ ਕਰਦੇ ਹਾਂ ਤੁਸੀਂ ਵੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਆਪਣੇ ਤੁਸੀਂ ਜਿੰਨੇ ਵੀ ਪਿਛਲੇ ਵਲੌਗ ਸੀਗੇ ਉਹਨਾਂ ਨੂੰ ਪਿਆਰ ਬਹੁਤ ਦਿੱਤਾ, ਪਰ ਹੁਣ ਜਦੋਂ ਤੋਂ ਆਪਾਂ ਥੋੜ੍ਹੇ ਜਿਹੇ ਇਤਿਹਾਸਿਕ ਗੁਰੂ ਘਰਾਂ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਅਤੇ ਤੁਸੀਂ ਰਿਸਪੋਂਸ ਘੱਟ ਦਿੰਦੇ ਹਾਂ, ਭਾਈ ਚੰਗੀਆਂ ਚੀਜ਼ਾਂ ਨੂੰ ਜ਼ਰੂਰ ਦੇਖਿਆ ਕਰੋ ਅਤੇ ਪ੍ਰਮੋਟ ਵੀ ਕਰਿਆ ਕਰੋ। ਅਤੇ ਹੁਣ ਆਪਾਂ ਅੱਜ ਦਾ ਜਿਹੜਾ ਵਲੌਗ ਸ਼ੁਰੂ ਕਰਨ ਲੱਗੇ ਹਾਂ, ਕੁਝ ਮਹਿਮਾਨ ਆ ਰਹੇ ਆ ਆਪਣੇ ਘਰ ਤੇ ਜਦੋਂ ਆਉਂਦੇ ਆ ਉਹਨਾਂ ਦੇ ਨਾਲ ਵੀ ਤੁਹਾਨੂੰ ਮਿਲਾਵਾਂਗੇ, ਜੁੜੇ ਰਹੋ ਵਲੌਗ ਦੇ ਨਾਲ। ਮਹਿਲ ਬਣਾ ਚੱਲਿਆ, ਮਹਿਲ ਬਣਾ ਚੱਲਿਆ। ਅੱਜ ਹੁਣ ਸਾਰਾ ਦਿਨ ਬੱਦਲ ਜਿਹਾ ਗੈਰ ਜੀ ਰਹੀ ਹੈ ਤੇ ਹੁਣ ਥੋੜੀ ਜਿਹੀ ਧੁੱਪ ਆਈ ਆ, ਪਰ ਵਧੀਆ, ਇੰਨੀ ਗਰਮੀ ਨਹੀਂ ਹੈਗੀ, ਮੌਸਮ ਠੀਕ ਠਾਕ ਜਿਹਾ, ਠੀਕ ਠਾਕ ਠੀਕ ਠਾਕ ਜਿਹਾ ਆ। ਇੱਥੇ ਕਿਉਂ ਸੋਹਣਾ ਲੱਗਣ ਦਿਆ ਨਾ ਬਾਹਰ, ਸਾਫ ਸਾਫ ਹੋ ਗਿਆ ਸਾਰਾ ਕੁਛ। ਹਾਂਜੀ, ਜਦੋਂ ਕਰੋਨਾ ਸੀ ਉਦੋਂ ਵੀ ਇਦਾਂ ਹੀ ਸੀ ਨਾ, ਸਾਫ ਸਾਫ ਹੋਇਆ, ਹਰ ਬੜੇ ਭੂੰਡ ਹੁੰਦੇ ਇਹਨਾਂ 'ਚ ਸੀਗੇ, ਉਹ ਮਾਰ ਗਏ ਇਹ ਵਿਚਾਰੇ, ਗਰਮੀ ਇੰਨੀ ਜ਼ਿਆਦਾ, ਈਵਨ ਇਹਨਾਂ ਨੂੰ ਰੋਜ਼ ਆਂਟੀ ਤਕਰੀਬਨ ਮੰਮਾ ਪਾਣੀ ਪਾ ਕੇ ਜਾਂਦੇ ਆ, ਖੱਖਰਾਂ ਹੁਣ ਇੱਥੇ ਕੀ ਕਿੱਥੇ ਆ, ਆਹ ਦੇਖੋ, ਰੁਕ ਜਾ ਰੁਕ ਜਾ ਇੱਕ ਮਿੰਟ, ਆਹ ਦੇ ਦੇਖਦੇ ਭੂੰਡ ਅੱਗੇ ਕਿੰਨੀ ਵੱਡੀ ਸੀਗੀ, ਕਿਉਂ ਲੜਾਉਣੀ ਆ, ਲੜ ਜਾਣੀ ਸੀ ਜੇ ਮੈਂ ਨਾ ਦੇਦੀ। ਮੇਰੇ ਵੀ ਇੱਕ ਵਾਰ ਲੜਨ ਲੱਗੀ ਸੀ, ਮੈਂ ਇਹਦੇ ਕੋਲ ਹਨਾ ਵੀਡੀਓ ਬਣਾਈ ਸੀ ਜਦੋਂ ਮੈਂ ਆਪਣਾ ਸੌਂਗ ਨਹੀਂ ਸੀ ਆਇਆ, ਅਸੀਂ ਸਿੰਘਣੀ ਆ ਸੀ ਸ਼ੇਰ ਨੂੰ ਉਦੋਂ ਆਇਆ ਸੀਗਾ, ਨਹੀਂ ਐਕਟ ਤਾਂ ਐਕਟ ਹੁੰਦਾ ਆ, ਐਕਟ ਤਾਂ ਐਕਟ ਹੁੰਦਾ ਆ, ਸਾਨੂੰ ਇੱਕ ਹਾਸੇ ਵਾਲੀ ਗੱਲ ਦੱਸਣੀ ਹੈ ਜੀ, ਮੈਨੂੰ ਫੋਨ ਕੀਤਾ ਕਹਿੰਦਾ ਭਾਜੀ ਆਪਾਂ ਤੁਹਾਡੇ ਸਕਿੱਟਾਂ ਕਰਿਆ ਕੰਮ ਕਰਦੇ, ਮੈਂ ਕਿਹਾ ਤੁਸੀਂ ਉਹ ਆਪਣੇ ਹੋਲ ਦਾ ਸ਼ਿਵਾਰਾ ਜੀ ਜਾਣਦੇ ਜਿਹੜਾ ਭਗਵੰਤ ਮਾਨ ਆਉਂਦਾ ਹੁੰਦਾ, ਕਹਿੰਦੇ ਹਾਂਜੀ ਹਾਂਜੀ, ਮੈਂ ਕਿਹਾ ਮੈਂ ਕਿਹਾ ਉਹ ਮਰ ਗਿਆ ਵਿਚਾਰਾ, ਕਹਿੰਦਾ ਅੱਛਾ ਜੀ, ਮੈਂ ਉਹਨਾਂ ਨੇ ਸਾਡੇ ਨਾਲ ਕੰਮ ਕੀਤਾ, ਕਹਿੰਦੇ ਅੱਛਾ, ਮੈਂ ਕਿਹਾ ਤੁਸੀਂ ਸੁੱਚੇ ਅਮਲੀ ਨੂੰ ਜਾਣਦੇ ਅੰਮ੍ਰਿਤਸਰ ਵਾਲੇ ਨੂੰ, ਕਹਿੰਦੇ ਹਾਂਜੀ ਹਾਂਜੀ ਜਾਣਦੇ, ਮੈਂ ਉਹ ਵੀ ਮਰ ਗਿਆ ਵਿਚਾਰਾ, ਉਹਨਾਂ ਨੂੰ ਮੇਰੇ ਨਾਲ ਕੰਮ ਕੀਤਾ। ਮੈਂ ਕਿਹਾ ਇੱਕ ਬੰਦਾ ਹੋਰ ਆਉਂਦਾ ਚਾਹੇ ਸਾਡੇ ਨਾਲ, ਇੱਕ ਮੁੰਡਾ ਜਿਹਾ ਸਕਿੱਟਾਂ ਕਰਦਾ ਹੁੰਦਾ, ਕਹਿੰਦੇ ਹਾਂਜੀ ਹਾਂਜੀ ਹਾਂਜੀ, ਮੈਂ ਉਹ ਵੀ ਗੱਡੀ ਚੱਲਿਆ ਮਰ ਗਿਆ। ਤੁਹਾਨੂੰ ਦੱਸਿਆ ਸੀ ਗੈਸਟ ਆ ਰਿਹਾ ਤੇ ਉਹ ਇਹ ਨੇ ਆਪਣੇ ਮਹਿਮਾਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਜੀ ਆਇਆਂ ਨੂੰ ਜੀ, ਔਰ ਅਸੀਂ ਬੜੇ ਭਾਗਾਂ ਵਾਲੇ ਆ ਕਿ ਅਸੀਂ ਉਸ ਪਰਿਵਾਰ ਦੇ ਵਿੱਚ ਆ ਜੋ ਸਾਰਾ ਪਰਿਵਾਰ ਗੁਰਸਿੱਖੀ ਨਾਲ ਜੁੜਿਆ ਹੋਇਆ ਹੈ। ਮੇਰੀ ਇੱਕ ਇਹ ਸੱਚਾਈ ਹੈ ਬਾਬਾ ਜੀ, ਮੈਂ ਹਮੇਸ਼ਾ ਕਦੀ ਇਹ ਸੋਚਿਆ ਕਿ ਮੈਂ ਵੀ ਇੱਕ ਵਾਰੀ ਮਤਲਬ ਇਸ ਚੀਜ਼ 'ਚੋਂ ਨਿਕਲ ਕੇ ਇਹਦੇ ਗੁਰੂ ਸਿੱਖੀ ਵਾਲੀ ਲਾਈਨ 'ਚ ਆਵਾਂ, ਪਰ ਜਦੋਂ ਸਤਿਗੁਰ ਦਾ ਹੁਕਮ ਹੋਵੇ, ਮਾਲਕ ਦਾ ਹੁਕਮ ਹੋਵੇ, ਉਦੋਂ ਹੀ ਮੈਂ ਉਸ ਚੀਜ਼ ਦਾ ਇੰਤਜ਼ਾਰ ਕਰ ਰਿਹਾ ਬਹੁਤ ਜਲਦ, ਜਦੋਂ ਵੀ ਮਾਲਕ ਨੇ ਉਹ ਦਿਨ ਦੇਣਾ। ਸੋ ਜ਼ਿੰਦਗੀ ਇਹ ਸਿੱਖ ਸਰਦਾਰ ਕਰਦੀ ਹੈ ਜੀ, ਭੈਣ ਜੀ ਕਰਕੇ ਸਾਡੇ ਪ੍ਰਚਾਰ ਕਰਕੇ ਸਾਡੇ ਬੱਚੇ ਜਿਹੜੇ ਬੱਚੇ ਸਾਰੇ ਰੱਬ ਨਾਲ ਜੁੜੇ ਆ, ਸਾਰੇ ਗੁਰਸਿੱਖ ਥੈਂਕ ਯੂ, ਹਾਂ ਕੀਰਤਨ ਕਰਦੇ ਆ ਜੀ, ਮੇਰਾ ਮੁੰਡਾ ਆਪਣਾ ਹਾਰਮੋਨੀਅਮ ਕਰਦਾ ਜੀ, ਕੀਰਤਨ ਕਰਦਾ, ਮੇਰਾ ਤਬਲਾ, ਤਬਲਾ ਪੜ੍ਹਿਆ ਲਿਖਿਆ ਬਹੁਤ ਹੈ ਬਾਬਾ ਜੀ ਨੇ ਚਾਰ ਪਾਇਆ ਕਵਾ ਖਾਣਾ, ਚਾਰ ਬਹੁਤ ਸਵਾਦ, ਕਸਮ ਮੇਰੀ ਗਿਰੇ ਹੋਏ ਬੰਦੇ ਨੂੰ ਜ਼ਿਆਦਾ ਨੀ ਗਿਰੀ ਜਾਂਦਾ, ਚਾਰ ਪਾਇਆ ਚਾਰ ਫੋਨ ਚਾਰ ਚਾਰ ਕਿੱਥੇ ਪਾਇਆ ਯਾਰ ਆਪਾਂ।
अंग्रेजी क्या सुना पगली ਐਡਾ ਉੱਤੇ ਟਿੱਪੀ ਗੱਗਾ ਰਾਰੇ ਨਾ ਮੈਂ ਪਗਲੇ ਆ ਤੇ ਸਪੈਲਿੰਗ ਹੀ ਸਰਾਉਂਦੇ ਆ ਸਾਰਾ ਨੂੰ ਪਤਾ ਏ ਬੀ ਸੀ ਦੀ ਉਸ ਨਾਲ ਅੱਛਾ ਏ ਬੀ ਸੀ ਵਾਲੀ ਹਾਂ ਸਾਰਾ ਨਾਮ ਦਾ ਹੋਦਾ ਪਹਿਲਾ ਖਰਕੀ ਆ ਓਏ ਅੜੇ ਇਹਦਾ ਕੀ ਅੱਛਾ ਏ ਅਗੇ ਏ ਓਏ ਅਗੇ ਓ ਯਾਰ ਬੋਲ ਯਾਰ ਪਗਲੇ ਏ ਏ ਓਏ ਅਗੇ ਏ ਓਏ ਅਗੇ ਹੁਣ ਤੇ ਪਿਓ ਨੇ ਡਿੱਗ ਪੈਣਾ ਜੀ ਓਏ ਅਗੇ ਬੀ ਬੀ ਹੈ ਕਿ ਬੀ ਬੀ ਕਿੱਥੇ ਜਾਂਦੀ ਬੀ ਬੀ मरे ने फिर अंग्रेजी आई एम इंटेलिजेंट बॉय आई एम इंटेलिजेंट बॉय आई एम इंटेलिजेंट बॉय मतलब की है मेनू पता क्यों नहीं पता पता क्यों नहीं पता मतलब लोहे की चाबी जिनी की चाबी अंग्रेजी की कहते इंग्लिश का शब्द है वट 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 नू पंजाबी की कहते ओदे आंदा चाबी नू कहते सट नी है और एक गल हो खालसा जी जेडे भी वीडियो वेख रहे हैं तुम दसना चाहनी है कि मैनू बड़ी खुशी होंगी है मैं अपनी जिंदगी दे विच कुछ नहीं खट्टा सिर्फ एक चीज़ खट्टी है कि जेड़े साडा प्रोग्राम साडे गुरसिख परिवार भी देखता भाई तरसेम सिंह मुराली जी उन्होंने हमेशा जो तरन तारण साहब आए थे जब उन्होंने कहा इनू पूछया छोटे नू कि अचानक मिल पे कहिंदे यार इत्थे चाचा बिशना जिहड़ा तरन तारण दा कहिंदे जी वो मेरा भरा वा तो फिर हसन लग पे फिर उन्होंने हासा वाला स्टाइल सानू बहुत वधिया लगा फिर इन्हू कहा भी उन्हू प्लीज माड़ा जिहा बुलाओ आपां मिलना मैं फिर भाई जी साहब नू मिलन गया बोड़ी चौक ते उत्थे मिलिया मिल के उन्होंने गल की बड़ा अच्छा लगा फिर सानू भाई साहब ने यह कहा भी तुसी भाई सुथरा जी पढ़ो ਸਾਰਾ ਪੜਿਆ ਓਹਦੇ ਵਿਚ ਵਾਕਿਆ ਹੀ
बिलकुल जी अर्थ होर ने जी तुसी दसो माड़ा जी अर्थ है सोझी नहीं असि दूजे पासे ला लें असि दूजे पासे ला लें खुशी विच भी ओहदा शुकराना अलग अलग तरीके जिथे जिन्हे पढ़िया उस तरीके अर्थ करदा ਹੁਣ ਆਪਣੇ ਜਿਹੜੇ ਲੋਕ ਆ ਜਿਨ੍ਹਾਂ ਨੇ ਕਰਨਾ ਹੀ ਕੋ ਕਰਮ ਆ ਹਨਾ ਉਹਨੇ ਉਸ ਚੀਜ਼ ਨਾਲ ਇਸ ਚੀਜ਼ ਦੇ ਅਰਥ ਲੈ ਲੈਣੇ ਜਿਵੇਂ ਸਰਸੇ ਵਾਲਾ ਉਹਨੇ ਆਪਣੀ ਬਾਣੀ ਦੀ ਰਹਿਰਾ ਸਾਹਿਬ ਦੇ ਵਿੱਚੋਂ ਪੰਗਤੀ ਦਾ ਲੈ ਲਿਆ ਸੀਗਾ ਬਾਣੀ ਦਾ ਕਹਿ ਦਿੱਤਾ ਸੀ ਕਿ ਸਰਸੇ ਵਾਲੇ ਸਾਧ ਦਾ ਜਿਹੜੇ ਵੀ ਬਾਣੀ ਦੀ ਪੰਗਤੀ ਆਉਂਦੀ ਆ ਪੈਸਾ ਸੇ ਪੂਰੇ ਗੁਰਤੇ ਜਾਣੇ ਹਾਂ ਉਹਨਾਂ ਨੇ ਇਹ ਲਾ ਲਈ ਸੀ ਹਾਂਜੀ 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 श्रद्धा प्रेमी आ गुरु घर दे देखो जी मैं बड़ा अपने आप भागा समझदा कई बार जो अन्ने भरा कि सारे कमेंट करते वीडियो मिलते भी आ कहते भाजी थोड़ी कोई भी कमेडियां सारिया धीया भैन सारा परिवार बैठ के सुनता अच्छा लगता ਤੇ ਕਈ ਇਹੋ ਜਿਹੇ ਐਕਟਰ ਹੈਗੇ ਨੇ ਜਿਨ੍ਹਾਂ ਦੀ ਅਸੀਂ ਕੋਈ ਵੀ ਕਾਮੇਡੀ ਸੁਣ ਕੇ ਨਹੀਂ ਲਾ ਸਕਦੇ ਜਿਨ੍ਹਾਂ ਦਾ ਮਤਲਬ ਮੀਨਿੰਗ ਵੀ ਬਹੁਤ ਸੀ ਫੈਮਿਲੀ ਚ ਬੈਠ ਕੇ ਨਹੀਂ ਦੇ ਸਕਦੇ ਨਹੀਂ ਦੇਖ ਸਕਦੇ ਬਿਲਕੁਲ ਕੀਆ ਵਿੱਚ ਬੈਠ ਕੇ ਆਪਣੀ ਫਿਰ ਨਹੀਂ ਸੁਣ ਸਕਦੇ ਪਰ ਤੁਹਾਡੇ ਇੱਥੇ ਕਿਉਂ ਨਹੀਂ ਮੈਂ ਰਾਤ ਨੂੰ ਪੜੇ ਲੈ ਲਿਆ ਪਾਪਾ ਸਾਨੂੰ ਤਾਂ ਐਕਟਿੰਗ ਕਰਕੇ ਸੁਣਾਉਂਦੇ ਹੁੰਦੇ ਆ ਸੀਨ ਇੱਕ ਸਾਡੀ ਛੋਟੀ ਛੋਟੀ ਸਟੋਰੀਆਂ ਲੈ ਕੇ ਕੋਈ ਐਕਟਰੀ ਵੀ ਨਾਲ ਹਾਂਜੀ ਅਸੀਂ ਇੱਕ ਫਿਲਮ ਲਿਖੀ ਆ ਸਰਦਾਰ ਕੀਰਨ ਔਰ ਕਿਵੇਂ ਉਹ ਮਤਲਬ ਉਹ ਮਾਲਕ ਨੂੰ ਹਮੇਸ਼ਾ ਯਾਦ ਰੱਖਦਾ ਸੀ ਬਾਕੀ ਸਟੋਰੀ ਤੁਸੀਂ ਵੇਖ ਕੇ ਜੇ ਮੈਂ ਪਹਿਲਾਂ ਦੱਸਦਾ ਸਟੋਰੀ ਦਾ ਆਨੰਦ ਨਹੀਂ ਲੈਣਾ ਜਰੂਰ चाचा ਬਿਸ਼ਨਾ ਨੇ ਇੱਕ ਮਿਸਤਰੀ ਹੁੰਦਾ ਮੈਂ ਕਿਹਾ ਅੱਛਾ ਫੇਰ ਕਹਿੰਦਾ ਤੁਸੀਂ ਨਾ ਇੱਦਾਂ ਮਿਸਤਰੀ ਆ ਤੇ ਉਹ ਨਾ ਕਹੂਗਾ ਤੁਹਾਨੂੰ ਥੱਲਿਓ ਵੀ ਦਾੜੀ ਦੇ ਦਾੜੇ ਦੇ ਪਾਣੀ ਮਾਰ ਕੰਧਾਂ ਦੇ ਨਾਲ ਦਾੜੇ ਨਾਲ ਦਾੜਾ ਹੁੰਦਾ ਨਾ ਜਿਹੜਾ ਇੱਟਾਂ ਦਾ ਛੱਡਿਆ ਹੁੰਦਾ ਉਹ ਦਾੜਾ ਕਹਿੰਦੇ ਆ ਦਾੜੇ ਤੇ ਦਾੜਾ ਫਸਾ ਕੇ ਤੇ ਇੱਟਾਂ ਦੀ ਕੰਧ ਚਿਨਾਈ ਕਰੀ ਦੀ ਆ ਉਹ ਕਹਿੰਦਾ ਤੂੰ ਉਹਨੂੰ ਕਹੇਗਾ ਦਾੜੇ ਨੂੰ ਪਾਣੀ ਮਾਰ ਦੋ ਤੁਹਾਡੇ ਦਾੜੇ ਨੂੰ ਪਾਣੀ ਮਾਰ ਦੂ ਮੈਂ ਕਿਹਾ ਸ਼ਾਬਾਸ਼ ਤੇਰੇ ਇਹ ਸਕਿੱਟ ਨਾ ਮੈਨੂੰ ਨਾ ਦੇ ਤੇ ਚੰਗਾ ਤੇ ਚੁੱਪ ਕਰਕੇ ਖਿਸਕ ਜਾ ਮੈਂ ਪਰ ਮੈਂ ਉਸ ਸਕਿੱਟ ਨੂੰ ਕੀਤਾ ਜ਼ਰੂਰ ਹੈ ਮੈਂ ਨਹੀਂ ਇਹਦਾ ਕੀਤਾ ਨਹੀਂ ਮੈਂ ਕੀਤਾ ਜ਼ਰੂਰ ਹੈ ਪਰ ਕੀਤਾ ਕਿੱਦਾਂ ਮੈਂ ਮਿਸਤਰੀ ਬਣਿਆ ਮੈਨੂੰ ਮਜ਼ਦੂਰ ਆਂਦਾ ਮੈਂ ਕਿਹਾ ਓਏ ਇੱਥੇ ਤੁਰਿਆ ਫਿਰਦਾ ਕੀ ਕਰਨੇ ਐਦਾਂ ਕਰ ਮੱਥੇ ਤੇ ਪਾਣੀ ਮਾਰ
ਮੱਥਾ ਜਿਹੜਾ ਹੁੰਦਾ ਦੀਵਾਰ ਦੀਵਾਰ ਦਾ ਮੂਹਰਲਾ ਬੰਨਾ ਹਾਂਜੀ ਮੈਂ ਕਿਹਾ ਇਦਾਂ ਕਰ ਆਹ ਪਲੈਸਟਰ ਹੋ ਗਈ ਆ ਤੇ ਆ ਜੇ ਕੰਧ ਕੱਚੀ ਆ ਤੇ ਇਹਨੂੰ ਜਲਦੀ ਕਰ ਮੱਥੇ ਨੂੰ ਪਾਣੀ ਮਾਰ ਕਹਿੰਦਾ ਹਾਂਜੀ ਮਾਂ ਭੂਤ ਨਹੀਂ ਜਾ ਮੱਥੇ ਨੂੰ ਪਾਣੀ ਮਾਰ ਉਹ ਚੱਕ ਕੇ ਮੇਰੇ ਮੱਥੇ ਨੂੰ ਮਾਰਦਾ ਮੈਂ ਫੜੇ ਮੂੰਹ ਤੇਰਾ ਕੀ ਕੀਤਾ ਤੂੰ ਆਪੇ ਕਿਹਾ ਮੱਥੇ ਨੂੰ ਪਾਣੀ ਮਾਰ ਮੈਂ ਮੱਥੇ ਨੂੰ ਪਾਣੀ ਮਾਰਦਾ ਮੈਂ ਉਹਨੂੰ ਚੇਂਜ ਕੀਤਾ ਜਿਹੜਾ ਬੰਦਾ ਚੇਂਜ ਕਰਨਾ ਜਾਣਦਾ ਹਾਂਜੀ ਨਹੀਂ ਕਹਿੰਦੇ ਨੇ ਸੋਚ ਕੇ ਵਿਚਾਰ ਕੇ ਆਪਣੀ ਕਲਾ ਨੂੰ ਨਹੀਂ ਤੇ ਅੱਜ ਕੱਲ ਦਾ ਸਮਾਂ ਤੁਸੀਂ ਵੇਖ ਰਹੇ ਹੋ ਬੰਨੇ ਬੰਨੇ ਤੇ ਕਲਾਕਾਰੀ ਨਹੀਂ ਉਹਨੂੰ ਕਹਿ ਸਕਦੇ ਹੋ ਜਸਟ ਫੇਮ ਲਈ ਆ ਅਸੀਂ ਫੇਮ ਵਾਸਤੇ ਇੰਨਾ ਕੁ ਜ਼ਿਆਦਾ ਗਿਰ ਚੁੱਕੇ ਅਸੀਂ ਆਪਣੇ ਕਿਰਦਾਰ ਭੁੱਲ ਗਏ ਬਸ ਬਸ ਜੀ ਮੈਂ ਤੁਹਾਨੂੰ ਜਿੱਦਾਂ ਦੱਸਿਆ ਜੀ ਭੈਣ ਜੀ ਮੈਂ ਸੋਚ ਰਿਹਾ ਅਜੇ ਵੀ ਵਿਚਾਰ ਮੇਰੇ ਮਨ ਚ ਕਈ ਵਾਰੀ ਹੁਣ ਸਾਡੇ ਸਾਡੇ ਹੀ ਜੰਡਿਆਲਾ ਗੁਰੂ ਦੇ ਬਹੁਤ ਹੀ ਪਿਆਰੇ ਫਿਲਮ ਐਕਟਰ ਮੈਂ ਉਹਦੀਆਂ ਕਈ ਗੱਲਾਂ ਮੇਰੇ ਕੋਲ ਇੰਨੀਆਂ ਨੇ ਉਹ ਬੰਦੇ ਨੇ ਜਾਣਦਾ ਕਿਹੜਾ ਕੰਮ ਨਹੀਂ ਜਿਹੜਾ ਨਹੀਂ ਕੀਤਾ ਹਾਂਜੀ ਉਸ ਬੰਦੇ ਨੇ ਜਾਣਦਾ ਕਿਹੜਾ ਕੰਮ ਨਹੀਂ ਕੀਤਾ ਜਾਣ ਕੇ ਸਾਰੇ ਮੋਟੇ ਵਿੱਚ ਬੜੇ ਐਬ ਸੀ ਪਰ ਇਸ ਟਾਈਮ ਗੁਰੂ ਦੇ ਸਿੰਘ ਸੱਜ ਕੇ ਉਹ ਹੈ ਜੈ ਜੀ ਲਾਹੌਰੀ ਹਾਂਜੀ ਮੈਂ ਦੇਖਿਆ ਨਿਹੰਗ ਸਿੰਘ ਬਣੇ ਨੇ ਸੰਪੂਰਨ ਬਾਣੇ ਚ ਨੇ ਉਹਨਾਂ ਨੇ ਮੇਰੇ ਨਾਲ ਵਿਲਨ ਦਾ ਰੋਲ ਕੀਤਾ ਉਹ ਜਦੋਂ ਪੂਰਾ ਉਹਨਾਂ ਨੇ ਕੀਤਾ ਗੱਜ ਕਰਾਈ ਸੀ ਪੂਰੀ ਉਦੋਂ ਸਾਡਾ ਕਾਂਸ਼ੀਰਾਮ ਚੰਨ ਜੀ ਦੀ ਫਿਲਮ ਬਣੀ ਸੀ ਉਹਦੇ ਵਿੱਚ ਉਹਨਾਂ ਨੇ ਬਹੁਤ ਸੋਹਣਾ ਰੋਲ ਕੀਤਾ ਸੀ ਗੁੰਡੇ ਦਾ ਵਿਲਨ ਦਾ ਜਦੋਂ ਉਹਨਾਂ ਨੇ ਗੁਰੂ ਸਿੱਖੀ ਵੱਲ ਵੇਖਿਆ ਮੈਨੂੰ ਬੜੀ ਖੁਸ਼ੀ ਹੋਈ ਸੋ ਇਹ ਮਾਲਕ ਦੀ ਕਿਰਪਾ ਹੁੰਦੀ ਸੱਚੇ ਪਾਤਸ਼ਾਹ ਹਾਂਜੀ ਬਿਲਕੁਲ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਵੀ ਉਹਨਾਂ ਨੇ ਉੱਥੇ ਦਿਨ ਲਿਆਉਣਾ ਸੀ ਖੂਬਸੂਰਤ ਬਣਾਉਣਾ ਸੀ ਵਧੀਆ ਬਣਾਉਣਾ ਅਸਲ ਚ ਹੁਣ ਐਕਟਰ ਨੇ ਹੁਣ ਉਹ ਖੂਬਸੂਰਤ ਕਿਰਦਾਰ ਚ ਆਏ ਨੇ ਜਿਹੜਾ ਉਹਨਾਂ ਨੂੰ ਪਰਮਾਤਮਾ ਨੇ ਬਖਸ਼ਿਆ ਬਿਲਕੁਲ ਮੈਂ ਜੀ ਜੋ ਆਪਣੀ ਉਹ ਸੁੱਖ ਸੰਭਾਲੀ ਹੈ ਨਾ ਹੀ ਸਾਡੇ ਘਰ ਵਿੱਚ ਲੱਚਰ ਗੱਲ ਕੀ ਮੈਂ ਸਰ ਜੋ ਤੁਹਾਨੂੰ ਆਉਂਦੇ ਹੈ ਨਾ ਤੁਸੀਂ ਇਹ ਸਿੱਖੀ ਵਾਲੇ ਪਾਸੇ ਬਹੁਤ ਖਿਆਲ ਰੱਖਣਾ ਹਾਂਜੀ ਹਾਂਜੀ ਕੋਈ ਸਿੱਖੀ ਨੂੰ ਟਿੱਚਰ ਮਖੌਲ ਨਾ ਹੋਵੇ ਕੋਈ ਦਾੜੀ ਨੂੰ ਕੋਈ ਕੇਸਾ ਨੂੰ ਨਾ ਇਸੇ ਕਰਕੇ ਮੈਂ ਕਹਿੰਦਾ ਹਾਂ ਕਿ ਸੰਤ ਬਾਬਾ ਜਨੈਲ ਸਿੰਘ ਜੀ ਦਾ ਜਨਮ ਹੋਇਆ ਸੀ ਸਭ ਤੋਂ ਜ਼ਿਆਦਾ ਨੌਜਵਾਨ ਉਹਨਾਂ ਨਾਲ ਉਹ ਜੁੜੇ ਸੀ ਜਿਹੜੇ ਸਿਰਫ ਤੋਂ ਮੂਲਨੇ ਸੀ ਹਾਂਜੀ ਜੇ ਉਹਨੇ ਗਲੇ ਲਾਇਆ ਤੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਉਹ ਸਿੱਖੀ ਵੱਲ ਹੋਏ ਜੇ ਅਸੀਂ ਪਹਿਲੋ ਹੀ ਕਿਸੇ ਦੇ ਕੇਸ ਕਰਨ ਦੇ ਕੇ ਨਫ਼ਰਤ ਰੱਖ ਕੇ ਭੱਜ ਗਏ ਨਾ ਮਹਾਰਾਜ ਨੇ ਕੀ ਇਹਦਾ ਕਿਹਾ ਪਿਆਰ ਕਰਨਾ ਨਫ਼ਰਤ ਨਹੀਂ ਕਰਨਾ ਇੱਕ ਇੱਕ ਬਾਬਾ ਜੀ ਇੱਕ ਹੋਰ ਗੱਲ ਹੈ ਜਿਵੇਂ ਕਹਿੰਦਾ ਗੁਰੂ ਜੀ ਨੇ ਫਰਮਾਇਆ ਕਿ ਮੈਨੂੰ ਸਿੱਖ ਪਿਆਰਾ ਨਹੀਂ ਸਿੱਖ ਤੋਂ ਪਹਿਲਾਂ ਰਹਿਤ ਪਿਆਰੀ ਇਹਦਾ ਇਹਦਾ ਮਤਲਬ ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾ ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾ ਹਾਂ ਤੇ ਇਹ ਮਾਰੇ ਨੇ ਗੁਰੂ ਮਾਰੇ ਨੇ ਵੀ ਕਿਹਾ ਵੀ ਜਿਹੜੀ ਰਹਿਤ ਵਾ ਹਾਂ ਜਾਨ ਲਾ ਲਓ ਵੀ ਹੁਣ ਸਾਡੇ ਕਕਾਰ ਪੈ ਗਿਆ ਭਾਈ ਅਸੀਂ ਗੁਰੂ ਰਹਿਤ ਦੇ ਵਿੱਚ ਆ ਅਗਰ ਸਾਡੇ ਪਾਇਆਂ ਤੋਂ ਅਸੀਂ ਗਲਤ ਕੰਮ ਕਰਦੇ ਹੋਈਏ ਰਹਿਤ ਸਾਡੀ ਪੂਰੀ ਨਾ ਹੋਵੇ ਤੇ ਸਾਡਾ ਜਿਹੜਾ ਭੇਖੀ ਚਿਹਰਾ ਇਹ ਨਹੀਂ ਗੁਰੂ ਨੂੰ ਪਿਆ ਭੇਖੀ ਸਿੱਖ ਨਹੀਂ ਪਿਆ ਮਹਾਰਾਜ ਨੂੰ ਸਾਡਾ ਇਕੱਲਾ ਬਾਣਾ ਨਹੀਂ ਨਾਲ ਮਹਾਰਾਜ ਨੇ ਬਾਣੀ ਬਾਣਾ ਦੋਨੇ ਦਿੱਤਾ ਆ ਰਹਿਤ ਦੇ ਵਿੱਚ ਪੂਰਾ ਆ ਮੈਨੂੰ ਉਹ ਸਿੱਖ ਜਿੱਦਾਂ ਬਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਕਾ ਪੰਛੀ ਜਾਣੋ ਪੰਛੀ ਦੀ ਤਰ੍ਹਾਂ ਦੱਸੋ ਜਾਂ ਠੇਕਿਆਂ ਤੇ ਜਾਂਦੇ ਆ ਹੋਰ ਗਲਤ ਕੰਮ ਕਰਦੇ ਜਾਂ ਕਿਸੇ ਦਾ ਬੇਈਮਾਨੀ ਕਰਦੇ ਆ ਮਾਰੇ ਨਹੀਂ ਤਾਂ ਮੈਨੂੰ ਕਿਹੜੇ ਸਿੱਖ ਨਹੀਂ ਰਹਿਤ ਚਲੋ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਹੈ ਦੀਦੀ ਮੈਂ ਠੀਕ ਹਾਂ ਤੁਸੀਂ ਠੀਕ ਹੋ ਠੀਕ ਹੈ ਹੁਣ ਆਪਣੇ ਆਪਣੇ ਨਾਮ ਦੱਸ ਦੋ ਦੋਨੇ ਜਾਣੇ ਤੁਸੀਂ ਹੁਣ ਦੇਖਿਆ ਆਪਾਂ ਜਿਸ ਨਾਮ ਤੋਂ ਉਹਨਾਂ ਨੂੰ ਜਾਣਦੇ ਆ ਚਾਚਾ ਵਿਸ਼ਨਾ ਤੇ ਉਹ ਆਏ ਸੀ ਤੇ ਦੇਖਣ ਨੂੰ ਆਪਾਂ ਸਟੇਜਾਂ ਤੇ ਜੋ ਵੇਖਦੇ ਆ ਜਮਾ ਹੀ ਬਿਲਕੁਲ ਉਲਟ ਹਾਂਜੀ ਹਾਂਜੀ ਉਧਰ ਗਏ ਆ ਤੇ ਬਹੁਤ ਚੰਗਾ ਲੱਗਾ ਮਿਲ ਕੇ ਉਹਨਾਂ ਨੂੰ ਤੇ ਵਲੌਗ ਜਿਹੜਾ ਉਹਨਾਂ ਦੇ ਚੈਨਲ ਤੇ ਵੀ ਆਉਣਾ ਆ ਠੀਕ ਆ ਜੀ ਜੁੜੇ ਰਹੋ ਪਿਆਰ ਦਿੰਦੇ ਰਹੋ ਵਲੌਗ ਨੂੰ ਤੇ ਸਾਰਿਆਂ ਦਾ ਧੰਨਵਾਦ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ